ਸੋਸ਼ਲ ਮੀਡੀਆ ਤੇ ਆ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਅਕਸਰ ਹੀ ਆਪਾਂ ਤੁਹਾਡੇ ਨਾਲ ਕੈਨੇਡਾ ਗਏ ਪੰਜਾਬੀਆਂ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਾਂ, ਪਰ ਹੁਣ ਆ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਵੀਡੀਓ ਪੂਰੀ ਦੇਖ ਲਿਓ, ਫਿਰ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ। ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਪੰਜਾਬ ਦੀ ਭੈਣ ਹੈ ਜਿਸ ਦੇ ਨਾਲ ਉਸਦੀ ਸਾਰੀ ਫੈਮਿਲੀ ਹੈ ਤੇ ਨਾਲ ਉਹਨਾਂ ਦੇ ਇੱਕ ਗੋਰਾ ਹੈ। ਗੋਰੇ ਨੇ ਪੱਗ ਬੰਨੀ ਹੋਈ ਹੈ। ਇਸ ਪੰਜਾਬ ਦੀ ਕੁੜੀ ਦਾ ਰਿਸ਼ਤਾ ਗੋਰੇ ਦੇ ਨਾਲ ਹੋ ਰਿਹਾ ਹੈ। ਗੋਰਾ ਵੀ ਕਾਫੀ ਖੁਸ਼ ਹੈ, ਇਹ ਭੈਣ ਵੀ ਕਾਫੀ ਖੁਸ਼ ਹੈ ਤੇ ਇਸ ਦੀ ਫੈਮਿਲੀ ਵੀ ਬਹੁਤ ਜ਼ਿਆਦਾ ਖੁਸ਼ ਹੈ। ਸੋ ਇਹ ਭੈਣ ਹੁਣ ਗੋਰੇ ਨਾਲ ਵਿਆਹ ਕਿਉਂ ਕਰਵਾ ਰਹੀ ਹੈ? ਲੋਕ ਇਸ ਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ। ਕੋਈ ਕਹਿ ਰਿਹਾ ਹੈ ਕਿ ਇਹ ਕੁੜੀ ਬਾਹਰ ਜਾਣਾ ਚਾਹੁੰਦੀ ਹੈ, ਕੋਈ ਕਹਿ ਰਿਹਾ ਹੈ ਕਿ ਇਸ ਦੀ ਮੱਤ ਮਰੀ ਗਈ ਹੈ, ਪਰ ਇਸ ਵੀਡੀਓ ਦਾ ਅਸਲ ਸੱਚ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸੋਸ਼ਲ ਮੀਡੀਆ ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸਾਨੂੰ ਪਤਾ ਲੱਗਾ ਹੈ ਕਿ ਇਹ ਕੁੜੀ ਕੈਨੇਡਾ ਦੀ ਬੋਰਨ ਹੈ ਤੇ ਇਹ ਗੋਰਾ ਤੇ ਇਹ ਕੁੜੀ ਦੋਵੇਂ ਜਾਣੇ ਇਕੱਠੇ ਹੀ ਸਟੱਡੀ ਕਰਦੇ ਰਹੇ ਸੀ ਬਚਪਨ ਤੋਂ। ਸੋ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਫੈਮਿਲੀ ਨੇ ਸੋਚਿਆ ਕਿ ਇਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਜਾਵੇ, ਕਿਉਂਕਿ ਪਰਿਵਾਰ ਨੂੰ ਗੋਰੇ ਦਾ ਸੁਭਾਅ ਵੀ ਵਧੀਆ ਲੱਗਾ। ਸੋ ਯਾਰੋ, ਬਿਨਾਂ ਕੋਈ ਗੱਲ ਜਾਣੇ ਸਾਨੂੰ ਕਿਸੇ ਬਾਰੇ ਕੋਈ ਵੀ ਗਲਤ ਕਮੈਂਟ ਨਹੀਂ ਕਰਨਾ ਚਾਹੀਦਾ। ਹਰ ਇੱਕ ਦੀ ਆਪਣੀ ਆਪਣੀ ਲਾਈਫ ਹੈ, ਸਾਨੂੰ ਕਿਸੇ ਦੀ ਲਾਈਫ 'ਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਸੋ ਸਾਡਾ ਚੈਨਲ ਇਸ ਕਪਲ ਨੂੰ ਦਿਲ ਤੋਂ ਦੁਆਵਾਂ ਦਿੰਦਾ ਹੈ। ਸੋ ਤੁਸੀਂ ਹੁਣ ਆਪਣੇ ਕਮੈਂਟਾਂ 'ਚ ਵਿਚਾਰ ਦੇ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਇਨਸਾਨ ਨੂੰ ਇਹਨਾਂ ਦਾ ਅਸਲ ਸੱਚ ਪਤਾ ਲੱਗ ਸਕੇ। ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਚਾਹੁੰਦੇ ਹਾਂ ਇਜਾਜ਼ਤ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।